ਐਚਓ ਰਜਪਾਲ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰਫਿਊ ਦੌਰਾਨ ਉਲੰਘਣਾ ਕਰਨ ਵਾਲਿਆਂ ਤੇ ਬਾਜ ਅੱਖ ਰੱਖਣ ਦੇ ਮੰਤਵ ਨਾਲ ਹੁਣ ਜੰਡਿਆਲਾ ਗੁਰੂ ਸ਼ਹਿਰ ਵਿੱਚ ਪੰਜਾਬ ਪੁਲਿਸ ਵੱਲੋਂ ਡਰੋਨ ਕੈਮਰੇ ਰਾਹੀਂ ਸ਼ਹਿਰ ਦੇ ਵੱਖ ਵੱਖ ਗਲੀਆਂ ਬਾਜ਼ਾਰਾਂ ਤੇ ਮੁਹੱਲਿਆਂ ਵਿੱਚ ਨਿਗਰਾਨੀ ਰੱਖਣ ਦਾ ਸਿਲਸਿਲਾ ਆਰੰਭ ਕਰ ਦਿੱਤਾ ਗਿਆ। ਪੁਲਿਸ ਵੱਲੋਂ ਵਾਰ ਵਾਰ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਸੰਬੰਧੀ ਕਹਿਣ ਦੇ ਬਾਵਜੂਦ ਲੋਕ ਘਰਾਂ ਤੋਂ ਬਾਹਰ ਘੁੰਮਦੇ ਵੇਖੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਹੁਣ ਡਰੋਨ ਕੈਮਰੇ ਦੀ ਵਰਤੋਂ ਕੀਤੀ ਜਾ ਰਹੀ ਹੈ। DSP ਗੁਰਿੰਦਰਬੀਰ ਸਿੰਘ ਅਤੇ SHO ਰਜਪਾਲ ਸਿੰਘ ਨੇ ਕਿਹਾ ਕਿ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਪਰਚੇ ਦਰਜ ਕੀਤੇ ਜਾਣਗੇ। ਵਰਲਡ ਪੰਜਾਬੀ ਨਿਊਜ਼ ਦੇ ਪੱਤਰਕਾਰ ਪਿੰਕੂ ਆਨੰਦ ਅਤੇ ਕੁਲਵੰਤ ਸਿੰਘ ਵਿਰਦੀ ਦੀ ਜੰਡਿਆਲਾ ਗੁਰੂ ਤੋਂ ਰਿਪੋਰਟ। ਅੰਮ੍ਰਿਤਸਰ ਦਿਹਾਤੀ ਦੇ SSP ਸ਼੍ਰੀ ਵਿਕਰਮਜੀਤ ਦੁੱਗਲ IPS ਐਂਡ ਜੰਡਿਆਲਾ ਗੁਰੂ ਦੇ DSP ਸ਼੍ਰੀ ਗੁਰਿੰਦਰਜੀਤ ਸਿੰਘ ਸਿੱਧੂ, ਉਹਨਾਂ ਦੀਆਂ ਸਖ਼ਤ ਹਦਾਇਤਾਂ 'ਤੇ ਪੰਜਾਬ ਸਰਕਾਰ ਵੱਲੋਂ ਕਰਫਿਊ ਲੱਗਾ ਹੋਇਆ, ਲੋਕਡਾਊਨ ਆ, ਉਹਦੀ ਜਿਹੜਾ ਵੀ ਕੋਈ ਉਲੰਘਣਾ ਕਰੇਗਾ ਉਹਦੇ ਅਗੇਂਸਟ ਕੇਸ ਰਜਿਸਟਰ ਕੀਤੇ ਜਾ ਰਹੇ ਨੇ। ਹੁਣ ਅੱਗੇ ਤੋਂ ਕੁਛ ਲੋਕ ਜਿਹੜੇ ਸੀ ਉਹ ਪੁਲਿਸ ਦੀ ਗੱਡੀ ਦੇਖਦੇ ਸੀ ਅਤੇ ਉਹ ਭੱਜ ਜਾਂਦੇ ਸੀ, ਕਹਿ ਦਿੰਦੇ ਸੀ ਅਸੀਂ ਤਾਂ ਉਸ ਟਾਈਮ ਹੈਗੇ ਹੀ ਨਹੀਂ ਸੀ। ਜਿਹੜਾ ਕੇਸ ਰਜਿਸਟਰ ਹੁੰਦਾ ਸੀ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਲੋਕ ਜਿਹੜੀਆਂ ਉਹ ਦਿੰਦੇ ਸੀ, ਦਲੀਲਾਂ ਦਿੰਦੇ ਸੀ ਕਿ ਅਸੀਂ ਤਾਂ ਉਸ ਟਾਈਮ 'ਤੇ ਇੱਥੇ ਸੀ, ਉੱਥੇ ਸੀ, ਅਸੀਂ ਹੈ ਨਹੀਂ ਸੀ। ਹੁਣ ਇੱਕ ਜਿਹੜਾ SSP ਸਾਹਿਬ ਵੱਲੋਂ ਡਰੋਨ ਦਾ ਅਰੇਂਜ ਕੀਤਾ ਗਿਆ, ਜਿਹੜਾ ਅਸੀਂ ਡਰੋਨ ਰਾਹੀਂ ਲੋਕਾਂ ਦਾ ਸਾਰਾ ਜਿਹੜੇ ਵਿਊ ਲੈ ਰਹੇ ਹਾਂ, ਪਿੱਕ ਲੈ ਰਹੇ ਹਾਂ, ਉਹਦੇ ਮੁਤਾਬਕ ਹੀ ਅਸੀਂ ਜਿਹੜੀ ਹੁਣ ਕਾਰਵਾਈ ਕਰ ਰਹੇ ਹਾਂ। ਇਹ ਲੋਕਾਂ ਨੂੰ ਹਦਾਇਤ ਵੀ ਕੀਤੀ ਜਾਂਦੀ ਹੈ, ਬੇਨਤੀ ਵੀ ਕੀਤੀ ਜਾਂਦੀ ਆ ਕਿ ਕਰਫਿਊ ਦੀ ਪਾਲਣਾ ਕਰਨ। ਅਸੀਂ ਡਰੋਨ ਰਾਹੀਂ ਜੇ ਅਸੀਂ ਗੱਡੀ ਪਿੱਛੇ ਵੀ ਰਹਿੰਦੀ ਆ ਤਾਂ ਡਰੋਨ ਜਿਹੜਾ ਉਹ 8-10 ਕਿਲੋਮੀਟਰ ਤੱਕ ਆਪ ਹੀ ਉਹ ਜਿਹੜਾ ਉਹਦੀਆਂ ਪਿੱਕ ਲਈ ਜਾ ਰਿਹਾ, ਤੁਹਾਨੂੰ ਪਤਾ ਨਹੀਂ ਲੱਗਣਾ। ਇਸ ਕਰਕੇ ਮੈਂ ਫਿਰ ਬੇਨਤੀ ਕਰਦਾ ਹਾਂ ਕਿ ਤੁਸੀਂ ਘਰਾਂ 'ਚ ਰਹਿ ਕੇ ਵੱਧ ਤੋਂ ਵੱਧ ਕਰਫਿਊ ਦੀ ਪਾਲਣਾ ਕਰੋ, ਸਾਨੂੰ ਸਹਿਯੋਗ ਦਿਓ ਅਤੇ ਤੁਹਾਡੀ ਬਹੁਤ ਧੰਨਵਾਦ ਹੋਵੇਗਾ, ਮਿਹਰਬਾਨੀ ਹੋਏਗੀ। ਨਹੀਂ ਤਾਂ ਕੱਲ੍ਹ ਨੂੰ ਇਹ ਨਾ ਆਖਿਓ ਕਿ ਕੇਸ ਰਜਿਸਟਰ ਹੋਏ ਆ, ਵਾਰ-ਵਾਰ ਅਸੀਂ ਪਿੱਕ ਵੇਖ ਕੇ ਕੇਸ ਰਜਿਸਟਰ ਕਰਾਂਗੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਬਸਕ੍ਰਾਈਬ ਕਰਨ ਵੇਲੇ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲੋ, ਤਾਂ ਕਿ ਤੁਹਾਨੂੰ ਹਰ ਖਬਰ ਮਿਲ ਸਕੇ ਸਭ ਤੋਂ ਪਹਿਲਾਂ।